ਸਸਿਕਲ ਅੱਜ 20 ਨਵੰਬਰ 2023 ਨੂੰ ਨਰਮੇ ਦੇ ਕੀ ਪਾ ਰਹੇ ਨੇ ਪੰਜਾਬ ਤੇ ਹਰਿਆਣਾ ਤੇ ਰਾਜਸਥਾਨ ਦੀਆਂ ਮੰਡੀਆਂ ਦੇ ਵਿੱਚ ਇਹਦੇ ਬਾਰੇ ਵਿੱਚ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਜਿਹੜੀ ਜਾਣਕਾਰੀ ਆ ਹੋਰਨਾਂ ਕਿਸਾਨਾਂ ਤੱਕ ਪਹੁੰਚ ਸਕੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਆ ਬੋਰ ਮੰਡੀ ਦੀ ਪਾ ਜਿੱਥੇ ਅੱਜ ਨਰਮੇ ਦਾ ਭਾਅ ਜਿਹੜਾ ਰਿਹਾ ਹੈ ਉਹ ਘੱਟ ਤੋਂ ਘੱਟ 6200 ਰੁਪਏ ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਭਾਅ ਰਿਹਾ 6960 ਰੁਪਏ ਪ੍ਰਤੀ ਕੁਆਂਟਲ ਰਿਹਾ ਇੱਥੇ ਜਿਹੜਾ ਨਰਮੇ ਦੀ ਹੁਣ ਆਵਕਾ ਉਹ ਤੇਜ਼ ਹੋ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੰਡੀ ਕਾਫੀ ਦਿਨ ਪਿਛਲੇ ਦਿਨਾਂ ਦੇ ਵਿੱਚ ਬੰਦ ਰਹੀ ਸੀ ਤਾਂ ਉਸ ਤੋਂ ਬਾਅਦ ਜਿਹੜੀ ਆਵਕਾ ਉਹ ਤੇਜ਼ ਹੋ ਗਈ ਹੈ ਤਾਂ ਇੱਥੇ ਅਜ ਨਰਮਾ ਜਿਹੜਾ ਵਿਕਿਆ ਉਹ 6960 ਰੁਪਏ ਪ੍ਰਤੀ ਕੁਆਂਟਲ ਵਿਕਿਆ ਮੁਕਸਰ ਦੀ ਗਿੱਦੜਬਾਹ ਮੰਡੀ ਦੇ ਵਿੱਚ ਨਰਮੇ ਦਾ ਭਾਰਿਆ ਉਹ 6995 ਰੁਪਏ ਪ੍ਰਤੀ ਕੁਆਂਟਲ ਜਿਆਦਾ ਤੋਂ ਜਿਆਦਾ ਇਸੇ ਤਰ੍ਹਾਂ ਹੀ ਫਤਿਹਾਬਾਦ ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਭਾ ਰਿਹਾ ਅੱਜ ਉਹ 7000 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇੱਕ ਪਾ ਇੱਥੇ ਵਿਕੀ ਆ 7325 ਰੁਪਏ ਪ੍ਰਤੀ ਕੁਆਂਟਲ ਬਰਵਾਲਾ ਮੰਡੀ ਦੇ ਵਿੱਚ ਨਰਮੇ ਦਾ ਭਾ ਜਿਹੜਾ ਰਿਹਾ ਉਹ 7100 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇੱਕ ਪਾ ਦਾ ਭਾ ਜਿਹੜਾ ਰਿਹਾ ਉਹ 7790 ਰੁਪਏ ਪ੍ਰਤੀ ਕੁਆਂਟਲ ਰਿਹਾ ਜੇਕਰ ਆਦਮਪੁਰ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾ 6970 ਰੁਪਏ ਪ੍ਰਤੀ ਕੁਆਂਟਲ ਰਿਹਾ ਸਰਸਾ ਮੰਡੀ ਦੇ ਵਿੱਚ ਜਿਹੜਾ ਨਰਮਾ ਵਿਕਿਆ ਅੱਜ 7190 ਰੁਪਏ ਪ੍ਰਤੀ ਕੁਆਂਟਲ ਤੇ ਇੱਕ ਪਾ ਭਾ ਜਿਹੜਾ ਰਿਹਾ ਉਹ 7300 ਰੁਪਏ ਪ੍ਰਤੀ ਕੁਆਂਟਲ ਰਿਹਾ। ਵਿਜੇਨਗਰ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 6900 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਨੂਪਗੜ ਮੰਡੀ ਦੇ ਵਿੱਚ ਨਰਮਾ 7031 ਰੁਪਏ ਪ੍ਰਤੀ ਕੁਆਂਟਲ ਵਿਕਿਆ। ਐਲਨਾਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ ਰਿਹਾ 7100 ਰੁਪਏ ਪ੍ਰਤੀ ਕੁਆਂਟਲ ਤੇ ਇੱਕ ਭਾਅ ਵਿਕੀ ਆ 7500 ਰੁਪਏ ਪ੍ਰਤੀ ਕੁਆਂਟਲ ਦੀ। ਇਸੇ ਤਰ੍ਹਾਂ ਹੀ ਰਾਜਸਥਾਨ ਦੇ ਹਨੂਮਾਨਗੜ੍ਹ ਦੀ ਗੋਲੂ ਵਾਲਾ ਮੰਡੀ ਦੇ ਵਿੱਚ ਦੇਸੀ ਕਾਟਨ ਦਾ ਭਾਜੜਾ ਰਿਹਾ 6700 ਰੁਪਏ ਪ੍ਰਤੀ ਕੁਇੰਟਲ ਹੈ ਤੇ ਅਮਰੀਕਨ ਕਾਟਨ ਜਿਹੜੀ ਵਿਕੀ ਆ ਇੱਥੇ ਦੋਸਤੋ ਉਹ ਵਿਕੀ ਆ 7300 ਰੁਪਏ ਪ੍ਰਤੀ ਕੁਇੰਟਲ ਹਨੂਮਾਨਗੜ੍ਹ ਦੀ ਸੂਰਤਗੜ੍ਹ ਦੇ ਇੱਤੇ ਜਨਰਮੇ ਦਾ ਭਾ ਰਿਹਾ 7150 ਰੁਪਏ ਪ੍ਰਤੀ ਕੁਇੰਟਲ ਇਸੇ ਤਰ੍ਹਾਂ ਹਰਿਆਣਾ ਦੇ ਜੀਨ ਦੇ ਉਚਾਨਾਂ ਵਿੱਚ ਨਰਮੇ ਦਾ ਭਾਅ 7200 ਰੁਪਏ ਪ੍ਰਤੀ ਕੁਆਂਟਲ ਪਿਵਾਨੀ ਦੇ ਤੋਸ਼ਮ ਵਿੱਚ ਨਰਮੇ ਦਾ ਭਾਅ ਰਿਹਾ ਜੀ 6650 ਰੁਪਏ ਪ੍ਰਤੀ ਕੁਆਂਟਲ ਨਾਰਨੋਲ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ ਰਿਹਾ 6950 ਰੁਪਏ ਪ੍ਰਤੀ ਕੁਆਂਟਲ ਤਾਂ ਦੋਸਤੋ ਏਸੀ ਅੱਜ ਦੀਆਂ ਮੰਡੀਆਂ ਦੇ ਭਾਅ ਨਰਮੇ ਦੀਆਂ ਦੇ ਵੀਡੀਓ ਨੂੰ ਜਤੋ ਜਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਧੰਨਵਾਦ